ਕੇਰਲ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਦਾ ਕਹਿਰ ਜਾਰੀ ਹੈ। ਇਸ ਨਾਲ 8 ਅਗਸਤ ਤੋਂ ਹੁਣ ਤੱਕ ਹੋਈਆਂ ਦੁਰਘਟਨਾਵਾਂ 'ਚ 324 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਸੂਬਾ ਆਫਤ ਕੰਟਰੋਲ ਅਥਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਹੜ੍ਹ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਰੱਖਿਆ ਬਲਾਂ ਨੇ ਅੱਜ ਸਵੇਰੇ ਤੋਂ ਹੀ ਬਚਾਅ ਮੁਹਿੰਮ ਵਧਾ ਦਿੱਤੀ ਹੈ। ਹੜ੍ਹ ਕਾਰਨ 70 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ। ਸੂਤਰਾਂ ਨੇ ਦੱਸਿਆ ਕਿ ਕੱਲ੍ਹ ਸ਼ੁਰੂਆਤ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਸੀ, ਜੋ ਹੁਣ 324 ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲਦੀ ਕੇਰਲ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਮੁੱਖ ਮੰਤਰੀ ਪਿਨਾਰਾਈ ਵਿਜੀਅਨ ਅਨੁਸਾਰ ਸੂਬੇ ਦੀਆਂ ਬਚਾਓ ਮੁਹਿੰਮਾਂ 'ਚ 23 ਹੈਲੀਕਾਪਟਰ ਅਤੇ 200 ਵਾਧੂ ਬੇੜੀਆਂ ਨੂੰ ਵੀ ਲਾਇਆ ਗਿਆ।